इंस्टाग्राम ते यूट्यूब ते सडने वीडियो आउंगा। इंस्टाग्राम ते यूट्यूब मास्क पाके रखो, दूरी बना के रखो, सैनिटाइजर है नहीं ता सब ना हाथ धोवो। जनता नु जी यही आ भी कोई कुड़ी मुंडे दे विच कोई फर्क ना करो। जिदा लोग कहें कुड़िया इदा जम गई साढ़े जी कुड़ी हो गई जी इदा हो गया, ये गलत आ गल। तो कोई कुड़ी मुंडे दे विच फर्क नहीं करना चाहिए। आज सामने देख लो नूर एक ज्योंदी जागदी मिसाल आ भी असी मुंडा बना के रखी थी, अज तुहाडे सामने देख लो मुंडिया ने काम। टिकटॉक ते रातों रात स्टार बनी नूर टिकटॉक बैन होने तो बाद अपने परिवार नाल लुधियाना दे एक मशहूर डिजाइनर कोल पहुंची, जिथे उसने मीडिया नाल गलबात कर दिया। टिकटॉक दे बंद होने ते लोकां नू अपील कीती। सब दी हर मन प्यारी नूर ने लोकां नू की अपील कीती, आओ सुनदे हां इस वीडियो विच। सति श्री अकाल जी सारयां नू पहला ते की कहोगे दर्शकां नू, तुहाडा टिकटॉक बंद कर दिता सरकार ने। इंस्टाग्राम ते यूट्यूब ते सडने वीडियो आउंगा। इंस्टाग्राम ते यूट्यूब अखां किवें कढ़दे आ? ਇੱਕ ਡਾਇਲੋਗ ਸੁਣਾ ਕੇ ਦਿਖਾਈ ਮੋਟੇ ਮੋਟੇ ਆ ਜਾ ਬਲੇ ਬੈਗ ਬਲੇ ਬ ਹਾਂ ਹੈ ਕਵਾ ਆਪਦੇ ਪਿਆਰ ਨੂੰ ਕਿਤੇ ਟਕਾ ਵੀ ਲਿਆ ਕਰ ਮੈਂ ਖੰਡ ਮੰਗੀ ਸੀ ਤੂੰ ਆਟਾ ਪਤਾ। ਹੋਰ ਕਿਹੜੇ ਕਿਹੜੇ ਡਾਇਲੋਗ ਨੇ ਕੋਈ ਯਾਦ ਆ ਤੁਹਾਨੂੰ? ਨੂਰ ਤੇ ਰੇ ਮੂਰ ਨੂਰ ਤੇਰੇ ਰਿਜ਼ਲਟ ਦਾ ਕੀ ਬਣਿਆ? ਡਾਇਲਟ ਦਾ ਮੁੰਡਾ ਫੇਲ ਹੋ ਗਿਆ ਮੈਂ ਤੇਰਾ ਪੁੱਛਿਆ। ਸਰਪੰਚ ਦੀ ਕੁੜੀ ਵੀ ਫੇਲ ਹੋ ਗਈ ਮੈਂ ਤੇਰਾ ਪੁੱਛਿਆ। ਡਾਇਲਟ ਦਾ ਮੁੰਡਾ ਵੀ ਫੇਲ ਹੋ ਗਿਆ ਮੈਂ ਤੇਰਾ ਪੁੱਛਿਆ। ਤੂੰ ਕਿਹੜਾ ਡਿਸਿਪਲ ਲਗਾ ਤੇਰੇ ਵਾਲਾ ਵੀ ਫੇਲ ਹੋ ਗਿਆ। मास्क पाके रखो, दूरी बना के रखो, सैनिटाइजर है नहीं ता सब ना हाथ धोवो, बाहर निकलो। ओथे नूर दे पिता सतनाम सिंह ने लोकां नू नूर दी उदाहरण दिंदे होए एक सुनेहा दिता कि लोकां नू मुंडे ते कुड़ियां विच कोई फर्क नहीं करना चाहिदा। सतनाम सिंह जी तुसीं नूर दे फादर हो? हां जी हां जी हां जी। वीडियो लगातार वायरल हो रही है, टिकटॉक स्टार सीगे, टिकटॉक बंद करता, हुण अग्गे किद्दां तुहाडी ਵੀਡੀਓਜ਼ ਨੂੰ ਪਾਉਂਗੇ? ਅੱਗੇ ਜੀ ਯੂਟਿਊਬ ਤੇ ਇੰਸਟਾਗ੍ਰਾਮ ਤੇ ਵੀਡੀਓ ਚੱਲਣਗੇ ਜੀ, ਤੇ ਉਹਦੇ ਤੇ ਪਾਉਣਗੇ। ਹਾਂਜੀ। ਤੇ ਨੂਰ ਨੂੰ ਫਿਲਮਾਂ 'ਚ ਵੀ ਮੌਕਾ ਮਿਲਿਆ, ਗਾਣਿਆਂ 'ਚ ਮੌਕਾ ਮਿਲਿਆ, ਪੜ੍ਹਾਈ ਵੀ ਹੈ, ਕਿੱਦਾਂ ਫਿਰ ਮੈਨੇਜ ਕਰਦਾ? ਸਰ ਬਹੁਤ ਔਖਾ ਹੋ ਜਾਂਦਾ ਤੇ ਹੁਣ ਵੀ ਇਹ ਹੁਣ ਹੀ ਔਖਾ ਹੋਇਆ ਪਿਆ, ਫਿਰ ਤਾਂ ਬਹੁਤ ਔਖਾ ਹੋ ਜਾਣਾ ਤੇ ਪਰ ਕੋਸ਼ਿਸ਼ ਕਰਾਂਗੇ। ਸਰ ਤੁਹਾਡਾ ਮਕਾਨ ਬਣ ਰਿਹਾ ਸੀਗਾ, ਕਿੱਥੇ ਤੱਕ ਬਣ ਗਿਆ? ਮਕਾਨ ਜੀ ਹਲੇ ਲੈਂਟਰ ਪਾਇਆ ਸੀ, ਕੱਲ੍ਹ ਖੁੱਲ੍ਹਿਆ ਵਾ ਤੇ ਹੁਣ ਇੱਕ ਅੱਧੇ ਦਿਨ ਦੇ ਵਿੱਚ ਤਿਆਰੀ ਸ਼ੁਰੂ ਹੋ ਜੂਗੀ ਤੇ ਫਿਰ ਇਹ 2 ਮਹੀਨੇ ਲੱਗਣਗੇ ਕੰਪਲੀਟ ਹੁੰਦੇ ਤੱਕ, ਫਿਰ ਜਦ ਕੰਪਲੀਟ ਹੋ ਗਿਆ ਤੇ ਫਿਰ ਅਸੀਂ ਜਾਵਾਂਗੇ ਘਰੇ ਰੈਸਟ ਕਰਾਂ। ਜਨਤਾ ਨੂੰ ਕੀ ਸੰਦੇਸ਼ ਹੈਗਾ ਤੁਹਾਡਾ? ਜਨਤਾ ਨੂੰ ਜੀ ਇਹੀ ਆ ਵੀ ਕੋਈ ਕੁੜੀ ਮੁੰਡੇ ਦੇ ਵਿੱਚ ਕੋਈ ਫਰਕ ਨਾ ਕਰੋ। ਜਿੱਦਾਂ ਲੋਕ ਕਹਿੰਦੇ ਵੀ ਕੁੜੀਆਂ ਇੱਦਾਂ ਜੰਮ ਗਈ ਸਾਡੇ ਜੀ ਕੁੜੀ ਹੋ ਗਈ ਜੀ ਇੱਦਾਂ ਹੋ ਗਿਆ, ਇਹ ਗਲਤ ਆ ਗੱਲ। ਤੇ ਕੋਈ ਕੁੜੀ ਮੁੰਡੇ ਦੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ। ਆ ਤੁਹਾਡੇ ਸਾਹਮਣੇ ਦੇਖ ਲਓ ਨੂਰ ਇੱਕ ਜਿਉਂਦੀ ਜਾਗਦੀ ਮਿਸਾਲ ਆ ਵੀ ਅਸੀਂ ਮੁੰਡਾ ਬਣਾ ਕੇ ਰੱਖੀ ਸੀ, ਅੱਜ ਤੁਹਾਡੇ ਸਾਹਮਣੇ ਦੇਖ ਲਓ ਵੀ ਮੁੰਡਿਆਂ ਵਾਲੇ ਕੰਮ। ਹਾਂਜੀ। ਇਸ ਤੋਂ ਇਲਾਵਾ ਨੂਰ ਨੂੰ ਫਿਲਮਾਂ 'ਚ ਜਾਣ ਦਾ ਮੌਕਾ ਮਿਲਿਆ? ਨਹੀਂ ਜੀ, ਹਾਂ ਆਇਆ ਤਾਂ ਹੈਗਾ ਫੋਨ ਸਾਨੂੰ, ਅਜੇ ਆਇਆ ਵਾ, ਹਲੇ ਲੋਕਡਾਊਨ ਦਾ ਕਰਕੇ ਫਿਲਮਾਂ ਰੁਕੀਆਂ ਹੋਈਆਂ। ਇੱਥੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਉਸਨੇ ਪੰਜਾਬ ਪੁਲਿਸ ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਸਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਦੀ ਅਪੀਲ ਵੀ ਕੀਤੀ ਸੀ। ਬੇਹੱਦ ਗਰੀਬ ਘਰ ਦੀ ਇਹ ਨੂਰ ਲੜਕੇ ਦੇ ਪਹਿਰਾਵੇ ਵਿੱਚ ਆਪਣੀ ਵੀਡੀਓ ਬਣਾਉਂਦੀ ਹੈ ਅਤੇ ਵਾਇਰਲ ਕਰਦੀ ਰਹਿੰਦੀ ਹੈ, ਜਿਸ ਤੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਕਾਫੀ ਪ੍ਰਸਿੱਧੀ ਮਿਲੀ ਹੈ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ, ਇੱਕ ਸਾਇੰਸ। ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਹੋ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਰੋਹਿਤ ਜੋਸ਼ੀ, ਜੋ ਕਰਦੇ ਨੇ ਫ੍ਰੀ ਸੇਵਾ ਫ੍ਰੀ ਸਮਾਧਾਨ। 99968 26004।